ਸਹੀ ਸਮਾਨ ਜਿਹੜਾ ਸਾਫ ਸਫਾਈ ਜਿਹੜੀ ਨਹੀਂ ਪਾਈ ਗਈ ਆ ਤਾਂ ਕਾਹਤੋਂ ਨਹੀਂ ਸਾਫ ਸਫਾਈ ਰੱਖੀ ਗਈ ਕੀ ਮਾਮਲਾ ਬਸ ਜੀ ਹਾਂ ਵੀ ਕੋਈ ਨੀ ਕਰਦੇ ਜਾਂਦੇ ਜੀ ਸਫਾਈ ਤਾਂ ਲੱਗੇ ਰਹੀਦਾ ਪਰ ਹਲਵਾਈ ਦਾ ਕੰਮ ਹੈ ਕੁਛ ਨਾ ਕੁਛ ਤਾਂ ਫਿਰ ਖਲੇਰਾ ਹੁੰਦਾ ਹੀ ਹੈ ਜੀ ਤੁਹਾਡੀ ਬਹੁਤ ਸਾਲ ਪੁਰਾਣੀ ਜਿਹੜੀ ਹਾਂਜੀ ਹਾਂਜੀ ਆਪਣੇ ਵੱਲੋਂ ਅੱਛੀ ਚੀਜ਼ ਦੀ ਕੋਸ਼ਿਸ਼ ਲੋਕ ਇੱਥੇ ਲਗਾਤਾਰ ਚੀਜ਼ਾਂ ਜਿਹੜੀਆਂ ਖਾਣ ਆਉਂਦੇ ਹਾਂਜੀ ਹਾਂਜੀ ਕੀ ਲੱਗਦਾ ਤੁਹਾਨੂੰ ਕਿ ਲੋਕਾਂ ਦੀ ਸਿਹਤ ਨਾਲ ਖਿਲਵਾੜ ਹੋ ਰਿਹਾ ਨਹੀਂ ਆਪਣੇ ਵੱਲੋਂ ਅੱਛੀ ਵਰਤੀ ਦੀ ਆਈ ਕੰਪਨੀ ਦੀਆਂ ਚੀਜ਼ਾਂ ਵਰਤੀ ਦੀ ਆਈ ਜੋ ਵੀ ਆ ਸਾਰਾ ਸੌਦਾ ਸਾਫ ਸੁਥਰਾ ਆਪਣੇ ਵੱਲੋਂ ਹਰ ਕੋਸ਼ਿਸ਼ ਹੋ ਰਹੀ ਹੈ ਇਸ ਤਰ੍ਹਾਂ ਕਿ ਉਹਨਾਂ ਨੇ ਸੈਂਪਲ ਲਿੱਤੇ ਆ ਚਨਿਆਂ ਦੇ ਉਹਨਾਂ ਵਿੱਚ ਕੀੜੇ ਪਾਏ ਕੀ ਕਰਦਾ ਜੀ ਉਹਨਾਂ ਆਪਣੇ ਵੱਲੋਂ ਤਾਂ ਅੱਛੀ ਕੁਆਲਿਟੀ ਦੇ ਲੈਵਲ ਦੇ ਛੋਲੇ ਆ ਜੀ ਆ ਵੀ ਪਿੱਛੋਂ ਕੋਈ ਬਰਸਾਤੀ ਦਿਨ ਆ ਕੋਈ ਕੀੜਾ ਕੂੜਾ ਲੱਗ ਜਾਂਦਾ ਤਾਂ ਵੱਖਰੀ ਗੱਲ ਆ ਜੀ ਬਣਾਉਣ ਤੋਂ ਪਹਿਲਾਂ ਤੁਸੀਂ ਚੈੱਕ ਨਹੀਂ ਕਰਦੇ ਧੋਈਦੇ ਆ 5-6 ਵਾਰੀ ਪਾਣੀ ਕੱਢੀ ਦਾ ਜੀ ਇਹਨਾਂ ਨੂੰ ਕਿਸ ਤਰ੍ਹਾਂ ਆ ਜਾਂਦੇ ਇਹ ਉਹ ਰਾਤ ਨੂੰ ਧੋਵਾਂਗੇ ਨਾ ਵਾਲਣ ਵੇਲੇ ਜੀ 5-6 ਪਾਣੀ ਨਿਕਲਣਗੇ ਜੀ ਉਹ ਕੋਈ ਚੀਜ਼ ਬਰਸਾਤੀ ਆ ਲੱਗ ਲੁੱਗ ਜਾਂਦੀ ਆ ਜੀ ਸੁਬਾਹ ਜਦੋਂ ਤੁਸੀਂ ਚੀਜ਼ ਤਿਆਰ ਕਰਦੇ ਹੋ ਸਮੋਸੇ ਵਗੈਰਾ ਜੋ ਪੂਜੇ ਵਗੈਰਾ ਤਿਆਰ ਕਰਦੇ ਹੋ ਉਹ ਚੈੱਕ ਨਹੀਂ ਕਰਦੇ ਚੈੱਕ ਕਰੀਦਾ ਜੀ ਆਹ ਖਾ ਕੇ ਸ਼ੁਰੂ ਕਰੀਦਾ ਬਾਬਾ ਦੇਖੋ ਮਿਰਚ ਮਸਾਲੇ ਲੱਗੇ ਪਏ ਨੇ ਇੱਥੇ ਚਿਪਕਲੀਆਂ ਫਿਰ ਰਹੀਆਂ ਨੇ ਚਿਪਕਲੀ ਤਾਂ ਕੋਈ ਨਹੀਂ ਹੈ ਜੀ ਸਭ ਦੀ ਆ ਚਿਪਕਲੀ ਦੀ ਸਾਡੇ ਕੋਲ ਵੀਡੀਓ ਵੀ ਹੈਗੀ ਚਲੋ ਕੋਈ ਨਹੀਂ ਦੁਕਾਨਦਾਰੀ ਆ ਜੀ ਵਿੱਚ ਜਾਨਵਰ ਵੀ ਹੈ ਸਮਾਨ ਦਾ ਤਾਂ ਰੱਖਿਆ ਜਾਂਦਾ ਤੇ ਕੋਈ ਹਾਈਜੀਨਿਕ ਨਾ ਇਹ ਹੁਣ ਸਵੇਰੇ ਖੋਲਿਆ ਸੀ ਉਹ ਰੋਟੀ ਖਾਣ ਤੋਂ ਬਾਅਦ ਮੁੰਡੇ ਵਿਹਲੇ ਹੋ ਗਏ ਸਾਰੀ ਸਾਫ ਸਫਾਈ ਕਰਨ ਲੱਗੇ ਸਾਰਾ ਸੌਦਾ ਰਾਤ ਨੂੰ ਟੱਕ ਗਿਆ ਸਿਹਤ ਵਿਭਾਗ ਵੱਲੋਂ ਕੀ ਕਾਰਵਾਈ ਕੀਤੀ ਗਈ ਹੈ ਸਿਹਤ ਵਿਭਾਗ ਚੈਕਿੰਗ ਕਰ ਰਹੇ ਆ ਜੀ ਸਾਰਾ ਕੁਛ ਆਪਣਾ ਯਾਦ ਜੋ ਇਹਨਾਂ ਦਾ ਬਣਦਾ ਜੀ ਕਾਰਵਾਈ ਉਹ ਕਰਦੇ ਪਏ ਆ ਜੀ ਨਾਮ ਕੀ ਤੁਹਾਡਾ ਮੇਰਾ ਨਾਮ ਯੋਗਰਾਜ ਜੀ ਅਸੀਂ ਨਾ ਇੱਥੇ ਆਏ ਸੀ ਇਨਸਾਈਡ ਦਿੱਲੀ ਗੇਟ ਇੱਥੇ ਸਾਨੂੰ ਇੱਕ ਲਕਸ਼ਮਣ ਸਵੀਟ ਸ਼ਾਪ ਹੈ ਇੱਥੇ ਅਸੀਂ ਰੇਡ ਕੀਤੀ ਹੈ ਜੀ ਕੀ ਪਾਇਆ ਜੀ ਇੱਥੇ ਬਹੁਤ ਹੀ ਅਨਹਾਈਜੀਨਿਕ ਤਰੀਕੇ ਨਾਲ ਸਮਾਨ ਇਹਨਾਂ ਦਾ ਪਿਆ ਜਿੱਥੇ ਇਹਨਾਂ ਦੇ ਛੋਲੇ ਬੋਇਲਡ ਪਏ ਨੇ ਉਹਦੇ ਉੱਤੇ ਹੀ ਇਹਨਾਂ ਦੇ ਮੈਲੇ ਕੱਪੜੇ ਜਿਹੜੇ ਸੁੱਕ ਰਹੇ ਆ ਨਾਲ ਹੀ ਇਹਨਾਂ ਦੇ ਵਾਸ਼ਰੂਮ ਹੈ ਬਹੁਤ ਹੀ ਅਨਹਾਈਜੀਨਿਕ ਤਰੀਕੇ 'ਚ ਪਿਆ ਸਾਰਾ ਕੁਛ ਤੇ ਮਸਾਲਿਆਂ ਜੇ ਤੁਸੀਂ ਦੇਖਿਆ ਮਸਾਲਿਆਂ ਵੀ ਬਹੁਤ ਬੁਰੀ ਕੰਡੀਸ਼ਨ 'ਚ ਪਿਆ ਜੀ ਪਤਾ ਨਹੀਂ ਕਦੋਂ ਬਣਿਆ ਜੀ ਤੇ ਕਿੰਨੇ ਪੁਰਾਣੇ ਮਸਾਲੇ ਯੂਜ਼ ਕਰ ਰਹੇ ਕੋਈ ਮੈਨੂਫੈਕਚਰਿੰਗ ਡੇਟ ਕਿਤੇ ਕੁਛ ਨਹੀਂ ਹੈ ਲੂਜ਼ ਮਸਾਲੇ ਯੂਜ਼ ਵਰਤੇ ਜਾ ਰਹੇ ਜੋ ਕਿ ਬੈਂਡ ਨੇ ਖਾਣਯੋਗ ਹੈ ਕਿ ਇਹ ਤੋਂ ਅਸੀਂ ਸੈਂਪਲਿੰਗ ਹਰੇਕ ਚੀਜ਼ ਲਗਭਗ ਮੈਂ 7-8 ਸੈਂਪਲ ਇੱਥੋਂ ਲੈ ਕੇ ਜਾਵਾਂਗਾ ਤੇ ਲਗਭਗ ਹਰੇਕ ਚੀਜ਼ ਦੀ ਸੈਂਪਲਿੰਗ ਮੈਂ ਕਰਾਂਗਾ ਫਿਰ ਉਸ ਤੋਂ ਬਾਅਦ ਪਤਾ ਲੱਗੇਗਾ ਕਿ ਕਦੋਂ ਤੱਕ ਰਿਪੋਰਟ ਆ ਜਾਏਗੀ ਇਹ ਵਿਦਿਨ 15 ਡੇਜ਼ ਰਿਪੋਰਟ ਆ ਜਾਏਗੀ ਸਰ ਲਗਾਤਾਰ ਜਾਰੀ ਸੇ ਸੈਂਪਲਿੰਗ ਕਰ ਰਿਹਾ ਹੈ ਲੇਕਿਨ ਹਜੇ ਤੱਕ ਉਹਦਾ ਕੋਈ ਰਿਜ਼ਲਟ ਨਹੀਂ ਮਿਲਦਾ ਹਾਂ ਰਿਜ਼ਲਟ ਨਹੀਂ ਮਿਲਦਾ ਸਾਰੇ ਰਿਜ਼ਲਟ ਆ ਰਹੇ ਨੇ ਸਾਡੇ ਕੋਲ ਬਿਲਕੁਲ ਸਹੀ ਗੱਲ ਹੈ ਜਿੰਨੀ ਸੈਂਪਲਿੰਗ ਹੁੰਦੀ ਹੈ ਸੋਕਾ ਡੈਰੀ ਸੈਂਪਲ ਭਰਿਆ ਸੀ ਹਾਂਜੀ ਲੇਕਿਨ ਉਹਦਾ ਰਿਜ਼ਲਟ ਤੁਸੀਂ ਅੱਜ ਤੱਕ ਅਸ਼ੋਕ ਡੇਰੀ ਦਾ ਤੁਸੀਂ ਆਏ ਨਹੀਂ ਸਾਡੇ ਕੋਲ ਸਾਰੇ ਰਿਪੋਰਟਸ ਆਏ ਮੋਸਲਾ ਸਾਹਿਬ ਨੂੰ ਕਈ ਵਾਰੀ ਫੋਨ ਕੀਤਾ ਨਹੀਂ ਨਹੀਂ ਸਾਰੇ ਕੋਲ ਸਾਰੇ ਰਿਪੋਰਟਸ ਆਏ ਹੋਏ ਡੇਰੀ ਦਾ ਭਰਿਆ ਦੱਸੋ ਸਾਰੇ ਉਹਨਾਂ ਦੇ ਸੈਂਪਲ ਫੇਲ ਆਏ ਨੇ ਜੀ ਅਨਸੇਫ ਸੈਂਪਲ ਆਏ ਉਹਨਾਂ ਦਾ ਕਾਰਵਾਈ ਇੱਕ ਲੌਂਗ ਪ੍ਰੋਸੀਜਰ ਹੈ ਜੀ ਇੱਕ ਸਾਰਾ ਜਿਹੜਾ ਫੂਡ ਸੇਫਟੀ ਐਕਟ ਦੇ ਤਹਿਤ ਪ੍ਰੋਸੀਜਰ ਹੈ ਪਹਿਲਾਂ ਸੈਂਪਲਿੰਗ ਹੋਊਗੀ ਫਿਰ ਰਿਪੋਰਟ ਆਊਗੀ ਫਿਰ ਨੋਟਿਸ ਜਾਊਗਾ ਫਿਰ ਅਸੀਂ ਕੇਸ ਦਰਜ ਕਰਾਂਗੇ ਉਸ ਸਾਰੇ ਪ੍ਰੋਸੈਸ ਦੇ ਵਿੱਚ ਹੀ ਹੈ ਉਸ ਕੇਸ ਨੂੰ ਲੱਗੂਗਾ ਕਿੰਨਾ ਸਮੇਂ ਜਿਹੜੀ ਹੈ ਲੋਕਾਂ ਦੀ ਸਿਹਤ ਖਿਲਵਾੜ ਕਰਨ ਵਾਲਾ ਇੱਕ ਲਾਭ ਕਰਵਾਈ ਹੋਈ ਵਿਦਿਨ 6 ਮੰਥਸ ਪੂਰਾ ਸਟਾਰਟ ਹੋ ਜਾਏਗਾ ਕੇਸ ਬਾਕੀ ਕੇਸ ਫਿਰ ਵਕੀਲਾਂ ਨਾਲ ਚੱਲੂਗਾ ਉਹ ਵੱਖਰੀ ਗੱਲ ਹਾਂਜੀ ਬਿਲਕੁਲ ਸੈਂਪਲ ਫੇਲ ਕੀ ਕਾਰਵਾਈ ਹੋ ਰਹੀ ਹੈ ਤੇ ਉਹ ਅਸੀਂ ਕੇਸ ਲਗਾਣਾ ਹੈ ਨਾ ਦਰਜ ਕਰਾਂਗੇ ਪੁਲਿਸ ਨੂੰ ਇਨਫੋਰਮ ਨਹੀਂ ਕਰਦੇ ਤੁਸੀਂ ਕੀ ਚੀਜ਼ ਪੁਲਿਸ ਨੂੰ ਪੁਲਿਸ ਸਾਡੀ ਪ੍ਰੋਟੈਕਸ਼ਨ ਵਾਸਤੇ ਹੁੰਦੀ ਹੈ ਜੀ ਅੱਛਾ ਜੇ ਇਨ ਕੇਸ ਸਾਨੂੰ ਲੱਗਦਾ ਕਿ ਵੀ ਕੋਈ ਸਾਨੂੰ ਹਾਰਮ ਕਰੇਗਾ ਤਾਂ ਫਿਰ ਅਸੀਂ ਪੁਲਿਸ ਬੁਲਾਉਂਦੇ ਹਾਂ ਅੱਜ ਕੀ ਕਾਰਵਾਈ ਕਰ ਰਹੇ ਹੋ ਅੱਜ ਅਸੀਂ ਇੱਥੇ ਆਏ ਹਾਂ ਲਕਸ਼ਮਣ ਸਵੀਟ ਸ਼ਾਪ ਜਿਹੜੀ ਹੈ ਇੱਥੇ ਅਸੀਂ ਸੈਂਪਲਿੰਗ ਕਰ ਰਹੇ ਹਾਂ ਕਿਹੜੀ ਕਿਹੜੀ ਚੀਜ਼ ਦੇ ਸੈਂਪਲ ਲਏ ਗਏ ਫਿਲਹਾਲ ਮੈਂ ਇੱਕ ਪ੍ਰੀਪੇਅਰਡ ਬੋਇਲਡ ਚਨਾ
ਪ੍ਰੀਪੇਅਰਡ ਇਹਨਾਂ ਦੀ ਜਿਹੜੀ ਸਬਜ਼ੀ ਹੈ ਤੇ ਮਿਰਚਾਂ ਹੋ ਗਈਆਂ, ਹਲਦੀ ਹੋ ਗਏ, ਬਾਕੀ ਹੋਰ ਮੈਂ ਦੇਖ ਰਿਹਾ ਜੋ ਜੋ ਮੈਨੂੰ ਲੱਗੇਗਾ ਡਾਊਟਫੁਲ ਹੈ ਉਹ ਸਾਰੇ ਚੀਜ਼ਾਂ ਦੇ ਮੈਂ ਸੈਂਪਲਸ ਲਵਾਂਗਾ। ਕਈ ਕਈ ਜਗ੍ਹਾ ਹਾਂ ਉਹਨਾਂ ਦੇ ਫਿਰ ਅਨਹਾਈਜੀਨਿਕ ਚਲਾਨ ਬਣਦਾ ਜੀ, ਉਹ ਅਨਹਾਈਜੀਨਿਕ ਚਲਾਨ ਵੀ ਮੈਂ ਕਹਿੰਦਾ ਹਾਂਜੀ ਹਾਂਜੀ ਇਹ ਕਲਰਡ ਅਪਰੂਵਡ ਨੇ, ਬਟ ਇਹਨਾਂ ਦੀ ਜਿਹੜੀ ਕੁਆਂਟਿਟੀ ਹੈ ਉਹ ਵੀ ਇੱਕ ਮੈਜ਼ਰੇਬਲ ਕੁਆਂਟਿਟੀ ਹੀ ਪਾ ਸਕਦੀ ਪਾਣੀ ਚਾਹੀਦੀ ਹੈ, ਉਹ ਵੀ ਅਸੀਂ ਚੈੱਕ ਕਰਨ ਵਾਸਤੇ ਲੈਬ 'ਚ ਭੇਜਾਂਗੇ, ਜੇ ਉਹ ਵੱਧ ਪਾਈ ਗਈ ਫਿਰ ਵੀ ਇਹਨਾਂ 'ਤੇ ਕਾਰਵਾਈ ਹੋਊਗੀ। ਦਿਨ ਬਾ ਦਿਨ ਜਿਹੜਾ ਸਿਹਤ ਨਾਲ ਖਿਲਵਾੜ ਜਿਹੜੇ ਰੈਗੂਲਰਲੀ ਜਿਹੜੇ ਹੈ ਤੁਸੀਂ ਰੇਡ ਕਰ ਰਹੇ ਹੋ, ਔਰ ਉਹਨਾਂ ਸਿਹਤ ਨਾਲ ਖਿਲਵਾੜ ਹੋ ਰਹੇ ਨੇ ਇੱਥੇ ਫਿਰੋਜ਼ਪੁਰ ਦੇ ਵਿੱਚ, ਪਰ ਲੋਕੀ ਫਿਰ ਵੀ ਅਚੇਤ ਨਹੀਂ ਹੋ ਰਹੇ। ਅਸੀਂ ਤਾਂ ਆਪਦੀ ਡਿਊਟੀ ਪੂਰੀ 3 ਦਿਨ ਨਾਲ ਨਿਭਾ ਰਹੇ ਹਾਂ ਤੇ ਅਸੀਂ ਰੈਗੂਲਰ ਚੈਕਿੰਗ ਕਰਦੇ ਹਾਂ, ਜੋ ਵੀ ਕੁਛ ਸਾਨੂੰ ਲੱਗਦਾ ਜਿੱਥੇ ਕੋਈ ਪ੍ਰੋਬਲਮ ਹੈ ਅਸੀਂ ਮੌਕੇ ਤੇ ਅਸੀਂ ਪਹੁੰਚ ਕੇ ਅਸੀਂ ਕਾਰਵਾਈ ਕਰਦੇ ਹਾਂ। ਨਾਮ ਕੀ ਤੁਹਾਡਾ? ਇਸ਼ਾਨ ਬਾਂਸਲ।